ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚੰਡੀਗੜ੍ਹ ਅਤੇ ਮੋਹਾਲੀ ਦੇ ਗੁਰਦੁਆਰੇ ਸਾਹਿਬਾਨਾਂ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਥਾਵਾਚਕ ਸਿੰਘਾਂ ਵੱਲੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਇਤਿਹਾਸ ਅਤੇ ਗੁਰੂ ਸਾਹਿਬਾਨੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਟੁੱਟ ਵਰਤਾਈਆਂ ਗਈਆਂ। ਸੈਕਟਰ 7 ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੈ। ਅੱਜ ਦਾ ਜਿਹੜਾ ਦਿਹਾੜਾ ਹੈ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੇ ਨਿਥਕ ਸੇਵਾ ਕਰਦੇ ਸੀ ਮੁਸਲਮਾਨ, ਲੇਕਿਨ ਉਹ ਤਾਂ ਹਿੰਦੂ ਸੀ ਜਿਹੜਾ ਉੱਥੇ ਆਪਦੀ ਲੜਕੀ ਦੀ ਸ਼ਾਦੀ ਪੰਚਮ ਪਾਤਸ਼ਾਹ ਦੇ ਬੇਟੇ ਨੂੰ ਕਰਨ ਦੀ ਖਾਤਰ ਪੰਚਮ ਪਾਤਸ਼ਾਹ ਨੂੰ ਇੰਨੇ ਤਸੀਹੇ ਦਿੱਤੇ, ਉਹਨੂੰ ਇੰਨੇ ਤਸੀਹੇ ਦਿੱਤੇ। ਹੁਣ ਉਹ ਪੰਚਮ ਪਾਤਸ਼ਾਹ ਅਕਾਲ ਪੁਰਖ ਦਾ ਰੂਪ ਹੈ, ਬੇਸ਼ੱਕ ਦੁਨਿਆਵੀ ਸਰੀਰਕ ਤੌਰ 'ਤੇ ਹੈ, ਪਰ ਉਹਨਾਂ ਨੂੰ ਕੋਈ ਆਂਚ ਨਹੀਂ ਸੀ, ਉਹਦੀ ਇੱਕ ਨਹੀਂ ਸੁਣੀ। ਤੱਤੀ ਤਵੀ 'ਤੇ ਬਿਠਾਇਆ, ਤੱਤੀ ਰੇਤ ਪਾਈ, ਜੋ ਉਹ ਦੁੱਖ ਦੇ ਸਕਦਾ ਸੀ ਦਿੱਤਾ ਉਹਨੇ, ਪਰ ਉਹਦੀ ਇੱਕ ਨਹੀਂ ਸੁਣੀ ਗੁਰੂ ਸਾਹਿਬ ਨੇ, ਕਿਉਂਕਿ ਕੂੜ ਨਖੁੱਟੇ ਨਾਨਕਾ ਉੜਕ ਸੱਚ ਰਹੀ, ਉਹਦਾ ਸਭ ਝੂਠ ਸੀ, ਸੱਚ ਨਹੀਂ ਸੀ। ਉਹ ਪੰਚਮ ਪਾਤਸ਼ਾਹ 'ਤੇ ਪ੍ਰੈਸ਼ਰ ਬਣਾਉਣਾ ਚਾਹੁੰਦਾ ਸੀ, ਪ੍ਰੈਸ਼ਰ ਬਣਾ ਕੇ ਆਪਣੀ ਲੜਕੀ ਦਾ ਰਿਸ਼ਤਾ ਦੇਣਾ ਚਾਹੁੰਦਾ ਸੀ। ਅਤੇ ਉਹ ਕਿਸ ਤਰ੍ਹਾਂ ਹੋ ਸਕਦਾ, ਦੁਨੀਆ ਦਾ ਮਾਲਿਕ ਹੈ ਪੰਜਵੇਂ ਪਾਤਸ਼ਾਹ, ਕੋਈ ਐਰਗਰ ਥੋੜ੍ਹਾ ਵੀ ਜਿਹੜਾ ਇਹਦੇ ਕਰ। ਇਸ ਲਈ ਉਹਦੇ ਜ਼ੁਲਮ ਦੇ ਬਾਵਜੂਦ ਬੇਸ਼ੱਕ ਸਰੀਰਕ ਤੌਰ 'ਤੇ ਪੰਚਮ ਪਾਤਸ਼ਾਹ ਨੇ, ਉਹ ਜੋ ਦੁਨਿਆਵੀ ਸਰੀਰ ਹੈ ਉਹ ਆਪਣਾ ਭੇਟ ਕਰਤਾ, ਪਰ ਉਹਦੀ ਇੰਨੀ ਮੰਨੀ, ਉਹਦੀ ਗੱਲ ਨਹੀਂ ਮੰਨੀ। ਅੱਜ ਉਹ ਦਿਹਾੜਾ ਮਨਾ ਰਹੇ ਹੈ ਪੰਚਮ ਪਾਤਸ਼ਾਹ ਦਾ, ਜੋ ਸਾਨੂੰ ਸਿੱਖਿਆ ਦੇ ਗਏ ਹੈ ਵੀ ਸੱਚ 'ਤੇ ਪਹਿਰਾ ਦਿਓ, ਸੱਚ 'ਤੇ ਚੱਲੋ, ਝੂਠ ਦਾ ਬਿਲਕੁਲ ਸਾਥ ਨਾ ਦਿਓ ਅਤੇ ਝੂਠ ਨੂੰ ਜੀਰੋ ਕਰੋ। ਇਹ ਗੁਰੂ ਸਾਹਿਬ ਦੇ ਉਪਦੇਸ਼ ਹੈ। ਭੁੱਖੇ ਨੂੰ ਰੋਟੀ ਦਿਓ, ਪਾਣੀ ਦਿਓ, ਜਿਸ ਤਰ੍ਹਾਂ ਛਬੀਲ ਗਰਮੀ 'ਚ ਪਿਆ ਰਹੇ ਹਾਂ। ਦੇਸ਼ ਵਿਦੇਸ਼ ਵਿੱਚ ਬੈਠੀਆਂ ਹੋਈਆਂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰਿਆਂ ਨੂੰ ਬੇਨਤੀ ਹੈ ਕਿ ਜੋ ਦੇਸ਼ ਵਿਦੇਸ਼ ਸੰਗਤਾਂ ਬੈਠੀਆਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਹਨ, ਬਾਕੀ ਸਭ
ਸੰਗਤਾਂ ਨੂੰ ਇਤਿਹਾਸ ਦਾ ਤਾਂ ਪਤਾ ਹੈ ਕਿ ਜੋ ਚੰਦੂ ਹੋਇਆ ਸੀ ਉਸ ਨੇ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਬੇਟੇ ਨੂੰ ਕਰਦਾ ਆਖਿਆ ਸੀ। ਉਸੇ ਦੇ ਚੱਕਰ ਵਿੱਚ ਆਣ ਕੇ ਉਹਨਾਂ ਨੇ ਗੁਰੂ ਜੀ ਨੇ ਮੰਨਿਆ ਨਹੀਂ ਦਿੱਤੇ ਸੀ ਇਹ ਗੁਰੂ ਜੀ ਮਹਾਰਾਜ ਦਿੱਤੇ, ਔਰ ਉਸ ਦੇ ਤੋਂ ਠੰਡੇ ਮਿੱਠੇ ਛਬੀਲਾਂ ਦੀਆਂ ਇਹ ਆਪਣੇ ਲੱਗ ਰਹੀਆਂ। ਬਾਕੀ ਮਹਾਰਾਜ ਇਤਿਹਾਸ ਸਭ ਨੂੰ ਪਤਾ, ਸਿੱਖ ਕੌਮ ਜਿਹੜੀ ਵੀ ਹੈ ਇਹ ਹਰ ਸਮੇਂ ਅਰਦਾਸ ਦੇ ਵਿੱਚ ਆਪਣੇ ਨਿੱਤ ਸਭ ਦੀ ਭਲਾ ਮੰਗਦੀ ਹੈ, ਕਿਸੇ ਦਾ ਵੀ ਗਲਤ ਨਹੀਂ ਸੋਚਦੀ। ਚਾਹੇ ਕੋਈ ਅਗਰ ਲੜਾਈਆਂ ਹੁੰਦੀਆਂ, ਉਹ ਆਪਣੇ ਇਤਿਹਾਸ ਸੁਣਿਆ ਹੈਗਾ ਭਾਈ ਘਨੱਈਆ ਜੀ ਉਹ ਵੀ ਸਭ ਨੂੰ ਜੋ ਵੀ ਫੱਟੜ ਹੋਇਆ ਸੀ ਉਹਨੂੰ ਪਾਣੀ ਪਿਲਾ ਰਹੇ ਸੀ। ਕਿਸੇ ਦਾ ਵੀ ਹਰ ਚੀਜ਼ ਹਰ ਬੰਦੇ ਭਲਾ ਮੰਗਦੇ ਆ, ਕਿਸੇ ਦਾ ਬੁਰਾ ਨਹੀਂ ਸੋਚਦੇ। ਸਿੱਖ ਕੌਮ ਦੁਨੀਆ ਦੇ ਵਿੱਚ ਇਹ ਅੱਜ ਦਾ ਦਿਨ ਬਹੁਤ ਹੀ ਸ਼ਰਧਾ ਦੇ ਨਾਲ ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀ ਮਨਾ ਰਹੇ ਹਨ। ਇਹ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।